ਸਾਰਿਆਂ ਗੁੱਡ ਈਵਨਿੰਗ ਟੀ ਐਵਨਿਊ ਇੱਥੋਂ ਸ਼ੋਪਿੰਗ ਕਰਨ ਲੱਗੇ ਨੇ ਜੀ ਸਾਰਿਆਂ ਨੂੰ ਗੁੱਡ ਈਵਨਿੰਗ ਸੋ ਅਸੀਂ ਅੱਜ ਜਾ ਰਹੇ ਹਾਂ ਟਾਈਮ ਸਮਾਂ ਹੋ ਚੁੱਕਿਆ 5 ਵੱਜ ਗਏ ਨੇ ਅਸੀਂ ਜਾ ਰਹੇ ਹਾਂ ਬਈ ਮਾਲ 'ਚ ਮਾਲ ਦਾ ਨਾਮ ਆ ਮਾਮਾ ਜੀ ਦੱਸਣਗੇ ਗ੍ਰੀਨ ਏਕਰਸ ਮਾਲ ਸੋ ਅਸੀਂ ਜਾ ਰਹੇ ਹਾਂ ਫਿਰ ਰਸਤਾ ਆਪਣਾ ਲੌਂਗਾਲੈਂਡ ਰਸਤਾ ਆਪਣਾ ਮਾਮਾ ਜੀ ਕਲੀਅਰ ਕਰ ਦੇਣਗੇ ਸਾਨੂੰ ਅਸੀਂ ਨਵੇਂ ਆਏ ਹਾਂ ਹਾਈਵੇ ਲਾਣਾ ਆਪਾਂ ਪਹਿਲਾਂ ਅਰੇ ਟ੍ਰੈਫਿਕ ਲੱਗੀ ਹੈ ਪਹਿਲਾਂ ਆਪਾਂ ਇੱਕ ਗੇੜੀ ਲਾਉਣੀ ਪਹਿਲਾਂ ਸਮੋਕੀ ਪਾਰਕ ਦੀ ਉੱਥੋਂ 101 ਘੁੰਮ ਕੇ ਅਤੇ ਫਿਰ ਆਪਾਂ ਗੱਡੀ ਪਾਣੀ ਸਿੱਧੀ ਹਾਈਵੇ 'ਤੇ ਲੋ ਵੀ ਚੱਲਦੇ ਹਾਂ ਫਿਰ ਤੁਸੀਂ ਨਾਲ ਜੁੜੇ ਰਹੋ ਬਸ ਆਹੋ ਲਾਈਕ ਐਂਡ ਕਮੈਂਟ ਸ਼ੇਅਰ ਜ਼ਰੂਰ ਕਰਿਓ ਓਕੇ ਸੋ ਆਪਾਂ ਰਸਤਾ ਤੁਹਾਨੂੰ ਦਿਖਾਉਣ ਸ਼ੁਰੂ ਕਰ ਰਹੇ ਹਾਂ 109 ਐਵਨਿਊ ਤੋਂ ਆਪਾਂ ਨਿਕਲੇ ਹਾਂ 102 ਐਵਨਿਊ ਵੱਲ ਜਾ ਰਹੇ ਹਾਂ ਸੋ ਅਸੀਂ ਪਹਿਲੇ ਜਿਸ ਤਰ੍ਹਾਂ ਮਾਮਾ ਜੀ ਨੇ ਦੱਸਿਆ ਆਪਾਂ ਸਮੋਕੀ ਪੀ ਹੁਣ ਆਪਾਂ 101 'ਤੇ ਆ ਰਹੇ ਹਾਂ ਪੰਜਾਬੀ ਆ ਗਾੜ ਜਿੱਥੇ ਇੱਥੇ ਸਾਰੇ ਪੰਜਾਬੀ ਹੀ ਰਹਿੰਦੇ ਨੇ ਨਿਊਯਾਰਕ ਦੀ ਸਭ ਤੋਂ ਚਾਰ ਵਜੇ ਵਾਪਸੀ ਹੁੰਦੀ ਆਪਣੀ ਵਧੀਆ ਪਏ ਬੰਦੇ ਹਨਾ ਹਾਂਜੀ ਬਹੁਤ ਵਧੀਆ ਲਾਈਫ ਕਿੱਦਾਂ ਦੀ ਇੱਥੇ ਲਾਈਫ ਬਹੁਤ ਵਧੀਆ ਲਾਈਫ ਹੈ ਜਾਂ ਘੁੰਮਣ ਫਿਰਨ ਲਈ ਹੈ ਬਿਜ਼ੀ ਲਾਈਫ ਹੈ ਵੀਕਐਂਡ ਤੇ ਥੋੜਾ ਜਿਹਾ ਹੁੰਦਾ ਫਰੈਸ਼ ਹੋ ਜਾਂਦਾ ਆਪਾਂ ਵੀਕਐਂਡ ਤੇ ਘੁੰਮਣ ਨਿਕਲੀਦਾ ਕਦੀ 101 ਸਮੋਕੀ ਪਾਰਕ ਨੂੰ ਚੱਲ ਜਾਈਦਾ ਕਦੀ ਗੁਰਦੁਆਰਾ ਸਾਹਿਬ ਚਾਹੀਦਾ ਚੱਲ ਜਾਈਦਾ 5 ਦਿਨ ਕੰਮ ਕਰਨਾ ਪੈਂਦਾ ਹਨਾ ਹਾਂਜੀ 5-6 ਦਿਨ ਕੰਮ ਕਰਨਾ ਪੈਂਦਾ ਕੰਮ ਕਰਨਾ ਹੀ ਪੈਂਦਾ ਉਹ ਬੰਦੇ ਬੜੇ ਆ ਗਏ ਉੱਤੇ ਹਾਂਜੀ ਉਹ ਨਾ ਅਮਰੀਕਾ ਦਾ ਨਾ ਰੋਹ ਬਣ ਜਾ ਗਿਆ ਹੈਗਾ ਜਿੱਦਾਂ ਪਹਿਲਾਂ ਰੋਹ ਹੁੰਦੇ ਨਾ ਅਮਰੀਕਾ ਦਾ ਉਹ ਯਾਰ ਉਹ ਬੰਦਾ ਇੰਡੀਆ ਉਹ ਅਮਰੀਕਾ ਤੋਂ ਆਇਆ ਬੱਲੇ ਬੱਲੇ ਹਾਂਜੀ ਉਹ ਕੰਮ ਨਹੀਂ ਹੋ ਰਿਹਾ ਜਿੱਦਾਂ ਅਮਰੀਕਾ ਦਾ ਕੰਮ ਤਾਂ ਕਿੱਦਾਂ ਦਾ ਹੋ ਗਿਆ ਜਿੱਦਾਂ ਇਟਲੀ ਵਾਲੇ ਬੰਦੇ ਨਹੀਂ ਆਉਂਦੇ ਜਾਂ ਦੁਬਈ ਤੋਂ ਆਉਂਦੇ ਉੱਦਾਂ ਦਾ ਕੰਮ ਹੋ ਗਿਆ ਅਮਰੀਕਾ ਹਾਂਜੀ ਹਾਂਜੀ ਉਹ ਤੁਸੀਂ ਗੱਲ ਸਹੀ ਕਹਿੰਦੇ ਫਿਰ ਉਹ ਸਾਰੇ ਆ ਗਏ ਨੇ ਇੱਥੇ ਭੇਦ ਖੁੱਲ ਗਿਆ ਅਮਰੀਕਾ ਵਾਲੇ ਬੰਦਿਆਂ ਦਾ ਪਹਿਲਾਂ ਪਤਾ ਨਹੀਂ ਹੁੰਦਾ ਸੀ ਕਿ ਉੱਥੇ ਕੀ ਕਰਦੇ ਨੇ ਇੰਨਾ ਪਤਾ ਹੀ ਪੈਸਾ ਬਣਦਾ ਹੈ ਹਾਂਜੀ ਹੁਣ ਭੇਦ ਖੁੱਲ ਗਿਆ ਸਾਰਾ ਹੀ ਹੁਣ ਹਰ ਇੱਕ ਨੂੰ ਪਤਾ ਅਮਰੀਕਾ ਕੀ ਹੈ ਕਿਹੋ ਜਿਹੀ ਲਾਈਫ ਹੈ ਹਾਂਜੀ ਕਿਹੋ ਜਿਹੀ ਲਾਈਫ ਹੈ ਜਿਹੜੀ ਲਾਈਫ ਅਮਰੀਕਾ ਦੀ ਹਾਂਜੀ ਕੰਮ ਤੋਂ ਘਰ ਤੋਂ ਫਿਰ ਆਪਣਾ ਫਰੈਸ਼ ਹੋ ਕੇ ਕੰਮ ਤੇ ਫਿਰ ਘਰ ਹਾਂਜੀ ਵੀਕਐਂਡ ਤੇ ਹੈਗਾ ਕਿ ਵਧੀਆ ਚੱਲਦਾ ਸੀ ਆ ਵੀਕਐਂਡ ਤੇ ਆਪਾਂ ਕਦੀ ਲਾਈਵ ਮੈਚ ਦੇ ਲਈਏ ਕ੍ਰਿਕਟ ਦਾ ਜਾਂ ਕਦੀ ਘੁੰਮ ਲਈਦਾ ਆਪਣਾ ਗੁਰੂ ਘਰ ਚੱਲ ਜਾਈਦਾ ਦੋ ਗੁਰੂ ਘਰ ਨੇ ਬਾ ਮੱਖਣ ਸ਼ਾਹ ਲਬਾਣਾ ਜੋ ਕਿ 194 ਤੇ ਵੀ ਤੇ 118 ਨੰਬਰ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਜੀ ਉਹਦੇ ਦਰਸ਼ਨ ਤੁਹਾਨੂੰ ਅਸੀਂ ਕਰਾਵਾਂਗੇ ਕਿਸੇ ਦਿਨ ਚੱਕਰ ਲੱਗਾ ਨੈਕਸਟ ਵੀਕਐਂਡ ਤੇ ਉਹ ਜੀ ਸਮੋਕੀ ਪਾਰਕ ਨੂੰ ਐਂਟਰ ਹੋਏ ਹਾਂ ਜੀ ਸਾਰੇ ਪੰਜਾਬੀ ਦਾ ਗਾੜ ਹੈ ਜੀ ਹੁਣ ਦੇਖੋ ਵੀਕਐਂਡ ਤੇ ਕਿਸ ਤਰ੍ਹਾਂ ਆਪਣੇ ਬਜ਼ੁਰਗ ਪੰਜਾਬੀ ਵੀ ਆਉਂਦੇ ਨੇ ਕਿਸ ਤਰ੍ਹਾਂ ਇੰਜੋਏ ਕਰਦੇ ਨੇ ਦੇਖੋ ਜੀ ਸੋ ਪਹਿਲੇ ਅਸੀਂ ਪਾਰਕਿੰਗ ਲੱਭਾਂਗੇ ਕਿਉਂਕਿ ਪਾਰਕਿੰਗ ਫੁੱਲ ਹੁੰਦੀ ਹੈ ਇਸ ਟਾਈਮ ਤੇ ਸਾਰੇ ਪੰਜਾਬੀ ਵੀ ਇੱਥੇ ਆਪਣਾ ਆਉਂਦੇ ਇੰਜੋਏ ਕਰਦੇ ਨੇ ਹਾਂਜੀ 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 ਸੋ ਪਾਰਕਿੰਗ ਤੋਂ ਬਾਅਦ ਅਸੀਂ ਤੁਹਾਨੂੰ ਕਰਨੇ ਗੱਲ ਸੋ ਆਪਾਂ ਤੁਹਾਨੂੰ ਸਮੋਕੀ ਪਾਰਕ ਦੇ ਇਕੱਲਾ ਇਕੱਲਾ ਵਿਊ ਦਿਖਾਵਾਂਗੇ ਜੀ ਓਕੇ ਸਤਿ ਸ਼੍ਰੀ ਅਕਾਲ ਪਾਰਕ ਦਾ ਵਿਊ ਅਸੀਂ ਐਂਟਰ ਹੋਏ ਸਮੋਕੀ ਪਾਰਕ ਦੇ ਵਿੱਚ ਦੇਖ ਸਕਦੇ ਹੋ ਆਪਣੇ ਬਜ਼ੁਰਗ ਸਦਾ ਕਿਸ ਤਰ੍ਹਾਂ ਇੰਜੋਏ ਕਰਦੇ ਨੇ ਸਮੋਕੀ ਪਾਰਕ ਦਾ ਮੇਨ ਪਾਰਕ ਮਤਲਬ ਕਿ ਚੌਂਕ ਚਬੂਤਰਾ ਸਮਝ ਲਓ ਚੱਕੇ ਖੜ ਕੇ ਆਪਣਾ ਬਜ਼ੁਰਗ ਉੱਥੇ ਘੁੰਮਦੇ ਨੇ ਸਾਡੇ ਮਾਮਾ ਜੀ ਓਕੇ ਲੈਟਸ ਗੋ ਨਾਓ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਮੋਕੀ ਪਾਰਕ ਘੁੰਮਣ ਤੋਂ ਬਾਅਦ ਚੱਲੇ ਅਸੀਂ ਮਾਲ ਦੇ ਵਿੱਚ ਆਪਾਂ ਦੇਖਾਂਗੇ ਕੋਈ ਸਮਾਨ ਖਰੀਦਣ ਵਾਲਾ ਜਲ ਖਰੀਦ ਲਵਾਂਗੇ ਜੀ ਸੋ ਆਪਾਂ ਨਿਕਲਦੇ ਹਾਂ ਮਾਲ ਦੇ ਜੀ ਆਪਾਂ ਚੱਲਦੇ ਹਾਂ ਫਿਰ ਹਾਂਜੀ ਫਿਰ 97 ਐਵਨਿਊ ਕ੍ਰੋਸ ਕਰਦੇ ਹੋਏ ਇੱਕ ਚਿਕਨ ਪਿਕ ਕਰਨਾ ਹੈ ਦੋ ਚਿਕਨ ਪਿਕ ਕਰਨੇ ਨੇ ਤੇ ਫਿਰ ਲਿਬਰਟੀ ਐਵਨਿਊ ਵੱਲ ਚੱਲਦੇ ਹਾਂ ਜੀ ਲੈਟਸ ਗੋ ਨਾਓ
ਰੈਡ ਲਾਈਟ ਹੋਈ ਗੱਡੀ ਤਾਂ ਅੱਗੇ ਜਾਏਗੀ ਨਹੀਂ ਤਾਂ ਟਿੱਟ ਪੈ ਜਾਂਦੀ ਇੱਥੇ ਜੀ। ਫੋਟੋ ਖਿੱਚੀ ਜਾਂਦੀ ਬੜੀ ਵਧੀਆ ਫੋਟੋ ਆਉਂਦੀ ਘਰ। ਹਾਂਜੀ ਫੋਟੋ ਖਿੱਚ ਲੈਂਦੇ ਨੇ ਵੀ ਗੱਡੀ ਦਾ ਨੰਬਰ ਵੀ ਇਸ ਤੇ ਬੰਦਾ ਵੀ ਦੇ ਲੈਂਦੇ ਨੇ। ਗੰਨੇ ਦੇ ਜੂਸ ਦੀ ਰੇਡੀਓ ਲੱਗ ਗਈ ਇੱਧਰ। ਹਾਂਜੀ ਲੋ ਵੀ ਤਿਆਰੀ ਹੋ ਰਹੀ ਹੈ ਕੱਲ੍ਹ ਦੇ ਪ੍ਰੋਗਰਾਮ ਦੀ। ਕੱਲ੍ਹ ਸਮਾਗਮ ਬਹੁਤ ਵੱਡਾ, ਲਾਈਵ ਵੀ ਦਿਖਾਵਾਂਗੇ। ਲਿਬਰਟੀ ਗੁਰੂ ਨਾਨਕ ਰੋਡ ਸੋ ਜੇ ਤੁਹਾਨੂੰ ਚੱਕਰ ਲੱਗਾ ਤਾਂ ਆਪਾਂ ਗੁਰਦੁਆਰਾ ਸਾਹਿਬ ਦਿਖਾਵਾਂਗੇ। ਬਾਬਾ ਮੱਖਣ ਸਿੰਘ ਲਵਾਂਗ ਦੇ ਪ੍ਰੋਗਰਾਮ ਹੁੰਦੇ ਨੇ ਬਹੁਤ ਸਾਰੇ। ਆਪਣਾ ਬਾਜ਼ਾਰ ਜਿੱਥੇ ਪੰਜਾਬੀ ਸ਼ੋਪਿੰਗ ਕਰਨ ਆਉਂਦੇ ਨੇ। ਸੋ ਮੀਟ ਸ਼ੋਪ ਜਿੱਥੇ ਬਰਗਰ ਪੀਜ਼ੇ ਵੀ ਬਣਦੇ ਨੇ। ਸੋ ਮਤਲਬ ਕਿ ਰੋਡ 'ਤੇ ਹੀ ਕਾਰ ਪਾਰਕ ਕਰ ਸਕਦੇ ਹਾਂ। ਇੱਦਾਂ ਫੋਟੋ ਖਿੱਚ ਲਈ ਹੁੰਦੀਆਂ ਨੇ ਵਿਊ ਦੀ, ਜਿਹਦਾ ਜਿਹੜਾ ਮੇਨ ਮੇਨ ਪਾਰਟ ਹੁੰਦਾ ਹੈ। ਹਾਂਜੀ ਸਮਝ ਗਏ ਕਿ ਨਹੀਂ? ਸਮਝ ਗਏ ਸਮਝ ਗਏ ਜੀ। ਅਸੀਂ ਗੁਰਦੁਆਰਾ ਸਾਹਿਬ ਕਰੋਸ ਕਰ ਰਹੇ ਹਾਂ। ਆਪਾਂ ਮੱਖਣ ਛਾਲ ਬਾਣਾ ਜੋ ਕਿ ਬਹੁਤ ਵੱਡਾ ਗੁਰੂ ਘਰ ਹੈ। ਸੋ ਆਪਾਂ ਅਲੱਗ ਹੋ ਕੇ ਦਿਖਾਵਾਂਗੇ ਤੁਹਾਨੂੰ, ਗੁਰੂ ਘਰ ਦੀ ਫੋਟੋ ਵੀ ਲਈ ਜਾਏਗੀ। ਸਾਡਾ ਗੁਰੂ ਘਰ, ਸਾਡਾ ਸਮਾਂ ਲੱਗਿਆ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਕਿਸ ਸਮੇਂ। ਸੋ ਕੱਲ੍ਹ ਪ੍ਰੋਗਰਾਮ ਹੈ ਸਾਡਾ, ਜੇ ਕੱਲ੍ਹ ਹੀ ਚੱਕਰ ਲੱਗਦਾ ਹੈ ਤੁਹਾਨੂੰ, ਆਪਾਂ ਕੱਲ੍ਹ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ। ਸੋ ਆਪਣਾ ਪੰਜਾਬੀ ਜਿੱਥੇ ਰਹਿੰਦੇ ਨੇ ਮਕਾਨ ਆ ਗਏ, ਨਾਲ ਨਾਲ ਹੀ ਮਕਾਨ ਚੱਲਦੇ ਨੇ। ਸੋ ਤੁਸੀਂ ਹੁਣ ਕਿਤੇ ਗੁਰਦੁਆਰਾ ਮੱਖਣ ਛਾਲ ਬਣਾ ਜੀ ਦਰਸ਼ਨ, ਆਪਾਂ ਅੱਗੇ ਚੱਲਦੇ ਹਾਂ ਆਪਣੇ ਮੇਨ ਟੋਪਿਕ ਲਈ, ਲਿਬਰਟੀ ਐਵਨਿਊ 'ਤੇ ਜਿੱਥੋਂ ਮੇਟ ਚੱਕਣਾ ਹੈ ਜੀ। ਸੋ ਅਸੀਂ ਐਂਟਰ ਕੀਤਾ ਹੈ ਲਿਬਰਟੀ ਐਵਨਿਊ, ਆਪਣਾ ਬਾਜ਼ਾਰ ਲਿਬਰਟੀ ਐਵਨਿਊ। ਇੱਥੋਂ ਉੱਪਰ ਤੁਹਾਨੂੰ ਦੱਸਾਂਗੇ ਆਪਣੀ ਮੈਟਰੋ ਟ੍ਰੇਨ ਵੀ ਜਾਂਦੀ ਹੈ ਜੋ ਕਿ ਅੰਡਰਗਰਾਊਂਡ ਹੈ। ਅੱਗੇ ਲਿਬਰਟੀ ਮੈਟਰੋ ਟ੍ਰੇਨ ਸਟੇਸ਼ਨ ਵੀ ਹੈਗਾ ਹੈ। ਫਰਨੀਚਰ ਟਾਈਪ ਸੋਫੇ ਕੱਪੜੇ ਵਗੈਰਾ ਸ਼ੋਪ, ਜਿੱਥੇ ਸਮਾਨ ਮਿਲਦਾ ਕ੍ਰਿਕਟ ਫੁੱਟਬਾਲ ਵਗੈਰਾ ਦਾ, ਕਿੱਟਾਂ ਮਿਲਦੀਆਂ ਨੇ ਇੱਥੋਂ। ਅੱਗੇ ਬਾਈ ਟ੍ਰੈਫਿਕ ਬਹੁਤ ਲੱਗ ਰਹੀ ਹੈ। ਲਓ ਜੀ ਮੋਟਰਸਾਈਕਲ ਚੈੱਕ ਕਰੋ ਮੈਨ ਕਰ ਦੀ ਗਾਰਬੇਜ ਟਰੱਕ ਚੱਕਣ ਵਾਲੇ ਨੇ ਬਾਈ, ਸਾਰੇ ਗਾਰਬੇਜ ਚੱਕਦੇ ਨੇ ਗਲੀਆਂ ਚ। ਹੋਰ ਟਿਕਟਾਂ ਦੇਂਦੇ ਆ ਮਾਮਾ ਕੌਣ? ਓਕੇ ਮਾਮਾ ਟਿਕਟਾਂ ਦੇਂਦੇ ਆ। ਹਾਂਜੀ ਗੱਡੀ ਖਲਾ ਕੇ ਟਿਕਟ ਮਿਲਦੇ ਵੀ ਦੇਖ ਲਓ ਵੀ, ਫੋਟੋ ਵੀ ਹੁੰਦੀ ਵੀ। ਓਏ ਇੱਧਰ ਦੀ ਪਰਾਂ ਦੀ ਕਰ ਲੈ ਮਾੜੀ ਜੀ, ਗੱਡੀ ਤੜਾਣੀ ਹੈ, ਟ੍ਰੈਫਿਕ ਬਹੁਤ ਲੱਗਾ ਹੈ। ਇੱਕ ਤਾਂ ਬੰਦਿਆਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਇੱਥੇ, ਮੈਂ ਉੱਧਰ ਹੀ ਆ ਜਾਂਦੇ ਨੇ ਮੂੰਹ ਚਾ ਕੇ। ਇੱਕ ਗੱਡੀ ਕਰਕੇ ਬੜੀ ਟ੍ਰੈਫਿਕ ਲੱਗ ਜਾਂਦੀ ਇੱਥੇ ਦੇਖੋ ਜੀ। ਮੈਟਰੋ ਸਟੇਸ਼ਨ ਆਪਾਂ ਕਰੋਸ ਕਰਨ ਲੱਗੇ ਤੇ ਆਪਣਾ ਬੰਦਾ ਉੱਪਰ ਜਾ ਕੇ ਟ੍ਰੇਨ ਫੜਦਾ ਹੈ ਜੀ।
ਇੱਥੋਂ ਕਿਉਂ 112 ਬੱਸ ਜਾਂਦੀ ਹੈ ਜੋ ਕਿ ਸਾਰੇ ਆਪਣੇ ਐਵਨਿਊ ਵਿੱਚ ਘੁੰਮ ਕੇ ਉੱਥੇ ਸਾਰੇ ਪੈਸੈਂਜਰ ਲਾਉਂਦੀ ਹੈ। ਟ੍ਰੈਫਿਕ ਕੰਟਰੋਲ ਪੂਰਾ ਹੈ ਜੀ। 120 ਸਟਰੀਟ 'ਤੇ ਅਸੀਂ ਪਹੁੰਚੇ ਹਾਂ, 120 ਸਟਰੀਟ ਕ੍ਰੋਸ ਕਰ ਲੱਗੇ ਹਾਂ। ਸਾਹਮਣੇ ਜੀ ਜਿੱਥੇ ਪੰਜਾਬੀ ਪੂਰਾ ਵਿਸ਼ਵਾਸ ਰੱਖਦੇ TD ਬੈਂਕ, ਇੱਥੇ ਸਾਰੇ ਪੰਜਾਬੀ ਆਪਣਾ ਖਾਤਾ ਖੁਲਾਉਂਦੇ ਨੇ ਜੀ। ਹਾਂਜੀ, ਪੂਰਾ ਵਿਸ਼ਵਾਸ ਬਣਾਏ ਆ ਮਤਲਬ ਗੋਰਿਆਂ ਨੇ TD ਬੈਂਕ ਅਤੇ ਪੰਜਾਬੀਆਂ ਦਾ, ਜਿੰਨੇ ਵੀ ਨੰਬਰ 1 ਬਿਜ਼ਨਸਮੈਨ ਉੱਥੇ ਹੀ ਆਪਣਾ ਖਾਤਾ ਖੁਲਾਉਂਦੇ TD ਬੈਂਕ। ਤੁਸੀਂ ਦੇਖ ਰਹੇ ਹੋ, ਤੁਹਾਨੂੰ ਕੁਝ ਜੁੰਮ ਕੇ ਦਿਖਾ ਰਹੇ ਅਸੀਂ TD ਬੈਂਕ ਦੇ ਦਰਸ਼ਨ ਕਰਾ ਦਈਏ। ਆਹ ਸਾਹਮਣੇ ਲੱਗੇ ਨੇ, ਪੁਰਾਣੇ ਪੰਜਾਬੀ ਸੌਂਗ ਮੈਂ ਕਿਹਾ ਅਮੈਰੀਕਾ ਵੀ ਚੱਲਦੇ ਪਏ ਨੇ ਇਸ ਟਾਈਮ। ਅੱਗੇ ਸਿਟੀ ਬੈਂਕ ਆ ਜਾਂਦਾ ਵੀ, ਕਈ ਕਈ ਲੋਕ ਇੱਥੇ ਵੀ ਆਪਣਾ ਅਕਾਊਂਟ ਖੁਲਾਉਂਦੇ ਨੇ। ਕਹਿੰਦੇ ਬਹੁਤ ਵਧੀਆ ਚਿਕਨ ਮਿਲਦਾ, ਕੱਚਾ ਵੀ ਮਿਲਦਾ, ਦੂਜਾ ਵੀ ਮਿਲਦਾ ਜੀ। ਮਾਮਾ ਜੀ ਸਾਡੇ ਜਾਣਗੇ ਅਤੇ ਸਾਡਾ ਛੋਟਾ ਭਰਾ ਜਾਏਗਾ ਨਾਲ। ਕਹਿੰਦੇ ਪੰਜਾਬੀ ਹਾਲ ਮੀਟ ਸ਼ਾਪ, ਓਕੇ ਜੀ। ਜਿੱਥੇ ਆਪਾਂ ਦੱਸਿਆ ਜੀ ਆਪਾਂ ਉੱਥੇ ਪਹੁੰਚ ਚੁੱਕੇ ਆਪਣੇ ਡੈਸਟੀਨੇਸ਼ਨ 'ਤੇ, ਮੀਟ ਹੋ ਰਿਹਾ ਜੀ। ਸਾਡੇ ਐਡੀਟਰ ਸਾਹਿਬ ਮਿਲਦੇ ਹੋਏ ਭਾਜੀ, ਕਿੱਧਰ ਦੀ ਤਿਆਰੀ ਸਾਡੀ? ਸਾਡੀ ਕਿੱਧਰ ਦੀ ਤਿਆਰੀ ਦੱਸੋ ਬਾਈ ਸਾਨੂੰ। ਆਪਾਂ ਸਿੱਧਾ ਜਾਣਾ ਹੈ ਗ੍ਰੀਨ ਏਕਰ ਮੋਲ, ਇੱਥੋਂ ਨਾ ਭਾਈ ਵੀ ਲੈਣਾ 2 ਲੈਟਰ ਬਾਅਦ। ਹਾਂਜੀ, ਫਿਰ ਤੁਹਾਨੂੰ ਅੱਜ ਨਾ ਮੋਲ ਦੀ ਸੈਰ ਕਰਾਉਂਦੇ ਹਾਂ। ਚਲੋ ਫਿਰ ਚੱਲਦੇ ਹਾਂ ਬਾਈ। ਸਾਡਾ ਛੋਟਾ ਵੀਰ ਕਿੱਦਾਂ ਬਾਈ, ਕਾਇਮ ਹੈ ਤੂੰ? ਫਿਰ ਮਗਰ ਬੈਠਾ ਹੈ? ਉਹ ਸੀ ਜਾਂ ਉਹ ਦੰਦ ਕੱਢੀ ਜਾਣਾ, ਬੋਲ ਪਿਆ ਕੁਝ। ਲੈ ਬਾਈ ਇਹਨੂੰ ਜਾਣੇ ਵਧੀਆ ਤਰੀਕੇ ਨਾਲ ਚਿਕਨ ਚੁਕਨ ਬਣਾ ਖਾਣਾ ਨੇ, ਹੋਟ ਡੋਗ ਵਗੈਰਾ ਘਰ ਪਏ ਨੇ, ਚੰਗੀ ਖੁਰਾਕ ਖਾਣੀ ਮੁੰਡੇ ਨੇ ਬਾਈ। ਦੇਖਾਂਗੇ ਹੁਣ ਕੀ ਕਰਦਾ ਫਿਰ। ਓਕੇ ਜੀ, ਹੁਣ ਆਪਾਂ ਨਿਕਲਦੇ ਆ ਮੋਲ ਦੀ ਸਾਈਡ ਨੂੰ। ਓਕੇ ਮਾਮਾ ਜੀ, ਕਰ ਦੋ ਬਾਏ ਸਾਰਿਆਂ ਨੂੰ। ਚਲੋ ਜੀ, ਮੋੜ ਨਿਕਲੀ ਸਾਡਾ ਨੈਸ਼ਨਲ ਹਾਈਵੇ ਵੈਨਵਿਕ ਰੋਡ ਏ, ਅਮੈਰੀਕਾ ਦਾ ਨਿਊ ਜਰਕ ਤੋਂ ਬਾਅਦ ਅਸੀਂ ਜਾ ਰਹੇ ਹਾਂ, ਸਿਟੀ ਸੈਂਟਰ ਆਵਾਂਗੇ। ਅੱਗੇ ਬਾਈ ਕੋਈ ਰੂਟ ਦੱਸੋ, ਕੋਈ ਮਤਲਬ ਕਿ ਵਿਊ ਦੱਸੋ। ਲੌਂਗਾ ਲੈਣ ਨੂੰ ਅਸੀਂ ਜਾਵਾਂਗੇ ਸਿੱਧਾ ਹੀ ਡਾਇਰੈਕਟ। ਇੱਕ 1 ਬੈਲਟ ਪਾਰਕ ਮੋਲ ਤੇ ਪੀਜ਼ਾ ਖਾਣ ਮੋਲ ਜੋਏ ਕਰਾਂਗੇ। ਮੋਲ ਦੇ ਅੰਦਰ ਹੀ ਪੀਜ਼ਾ ਸ਼ੋਪ ਹੈ। ਹਾਂਜੀ, ਪੀਜ਼ਾ ਫਿਰ ਚੀਜ਼ ਹੀ ਐਸੀ, ਤੁਹਾਨੂੰ ਪਤਾ ਹੈ ਸਵਾਦ ਬੜਾ ਹੁੰਦਾ ਜੀ, ਤੁਹਾਨੂੰ ਕੀ ਪਤਾ ਪੀਜ਼ੇ ਬਾਰੇ। ਪੀਜ਼ਾ ਲਵਰਸ ਨੂੰ ਪੁੱਛੋ ਕਿ ਪੀਜ਼ਾ ਕੀ ਸ਼ਾਇ ਵੇ। ਆ ਸਾਡਾ ਮਗਰ ਭਾਈ ਭੈਣ ਛੋਟਾ ਵੀ ਪੀਜ਼ਾ ਲਵਰ ਨੂੰ ਪਸੰਦ ਕਰਦਾ ਜੀ। ਹਾਂਜੀ, ਸੋ ਸਾਡੇ ਛੋਟੇ ਭਾਈ ਕੁਝ ਕਹਿਣਾ ਚਾਹੁੰਦੇ ਨੇ, ਮਗਰਲੀ ਸਾਈਡ ਤੇ ਬੈਠੇ ਨੇ। ਬੋਲੋ ਭਾਈ। ਬੱਸ ਬੱਸ ਕੀ ਬੱਸ ਦੇ ਭਾਈ ਅੱਡੇ ਤੇ ਜੀ, ਬੱਸ ਸਟੈਂਡ ਤੇ ਬੱਸ ਮਿਲੀ ਤੁਹਾਨੂੰ। ਗੱਲ ਸੁਣਾਓ ਵੀ ਆਪਣੇ ਜਿਹੜੇ ਲਾਈ ਜੁੜੇ ਉਹਨਾਂ ਨੇ ਗੱਲ ਸੁਣਨੀ ਕੋਈ ਤੁਹਾਡੇ ਕੋਲ? ਐ ਚੌਕਾ ਕੋਈ ਗੱਲ ਨੀ ਬਣਨੀ ਹੈਗੀ ਤਾਂ ਮੈਂ ਦੱਸਾਂ ਪਿਆ ਵਾ। ਲਓ ਜੀ ਮੁੰਡਿਆਂ ਭਾਜੀ ਹੁਣ ਗੱਲਾਂ ਮੁੱਕੀਆਂ ਨੇ, ਆਪਾਂ ਹੁਣ ਹੁੰਦੇ ਹਾਂ ਫਿਰ ਵਿਊ ਸਾਈਡ ਤੇ। ਉਹ ਟ੍ਰੈਫਿਕ ਦੇਖ ਰਹੇ ਤੁਸੀਂ, ਕਿੰਨਾ ਟ੍ਰੈਫਿਕ ਆ, ਵਿਊ ਕਿੰਨਾ, ਮੌਸਮ ਬਹੁਤ ਵਧੀਆ ਜੀ, ਪੀਜ਼ਾ ਖਾਣ ਵਾਲਾ ਮੌਸਮ ਹੋਇਆ ਅੱਜ, ਹੈ ਚਿੱਲ ਮਾਰਨਾ ਅੱਜ ਫਿਰ, ਹੈ
ਵੈਸ਼ਨੋ ਬੰਦੇ ਵਾਸਤੇ ਪੀਜ਼ੇ ਖਾਣਾ ਨਹੀਂ, ਕਿਉਂਕਿ ਮੈਚ ਕਰਨ ਨੂੰ ਲਾਇਕ ਨਹੀਂ ਕਰਦਾ ਹੈਗਾ ਜੀ। ਤੁਹਾਡੇ ਮਾਮਾ ਜੀ ਹੁਣੀ ਕਰਦੇ ਨੇ, ਉਹ ਫੁੱਲ ਇੰਜੋਏ ਕਰਨਾ, ਕੋਈ ਮਨਾਹੀ ਨਹੀਂ ਹੈਗੀ ਹੈ। ਅਸੀਂ ਆਪਾਂ ਪੀਜ਼ਾ ਲਵਰ ਸਾਹਿਬ ਪੀਜ਼ਾ ਹੀ ਖਾਣਾ ਹੈ। ਓਕੇ ਹਾਂਜੀ, ਹਾਂ ਰੋਟੀ ਵੀ ਸਾਡੇ ਕੋਲ ਬਹੁਤ ਵਧੀਆ ਚੀਜ਼ਾਂ ਨੇ, ਵੈਜੀਟੇਬਲਸ ਨੇ, ਫਰੂਟ ਵਗੈਰਾ ਹੈਗਾ ਹੈ। ਅੱਜ ਮਟਰ ਪਨੀਰ ਆਪਾਂ ਬਣਾਉਣਾ ਘਰ ਅਤੇ ਨਾਲ ਚੌਲ ਅਤੇ ਰੋਟੀ ਖਾਣੀ ਹੈ। ਬੈਲਟ ਪਾਰਕਵੇ ਈਸਟ L1 ਅਤੇ ਆਪਾਂ ਹਾਈਵੇ ਚੜ੍ਹਨ ਲੱਗੇ ਹਾਂ ਜੀ, LI 'ਤੇ ਚੜ੍ਹਨ ਲੱਗੇ ਹਾਂ ਹਾਈਵੇ। ਸੋ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਕਿੰਨੀ ਟ੍ਰੈਫਿਕ ਲੱਗੀ ਹੋਈ ਹੈ ਜਿਹੜੀ ਸਿਟੀ ਜਾਣ ਵਾਲੀ ਹੈ। ਉਹ ਤੁਹਾਨੂੰ ਸਾਹਮਣੇ ਆਪਾਂ ਜਹਾਜ਼ ਵੀ ਦਿਖਾ ਸਕਦੇ ਹਾਂ, ਨਾਲ ਹੀ ਏਅਰਪੋਰਟ ਹੈ ਦੇਖੋ ਵੀ ਕਿਸ ਤਰ੍ਹਾਂ ਫਲੈਟ ਲੈਂਡਿੰਗ ਹੁੰਦੀ ਹੈ। ਇਹ ਹੋ ਗਈ ਐਂਟਰੀ ਮੋਲ ਦੇ ਵਿੱਚ ਬਈ, ਤੁਹਾਨੂੰ ਦਿਖਾਵਾਂਗੇ ਗ੍ਰੀਸ ਸਕੇਲ ਮੋਲ ਜੀ, ਸਾਡੀ ਮੋਲ 'ਚ ਹੋ ਗਈ ਐਂਟਰੀ। ਤੁਸੀਂ ਇਸ ਸਾਈਡ ਦੇਖੋ ਕਿ ਬੀਜੇ ਵੀ ਹੈਗਾ ਜੀ, ਗਰੋਸਰੀ ਸਮਾਨ ਮਿਲਦਾ ਆਪਣਾ, ਬੀਜੇ ਦੀ ਵੀ ਵੀਡੀਓ ਦੇਖ ਸਕਦੇ ਜੀ। ਇਸ ਤੋਂ ਅੱਗੇ ਅਸੀਂ ਮੋਲ 'ਚ ਐਂਟਰ ਹੋਵਾਂਗੇ। HM ਮੋਲ ਨਾਲ ਸਾਰੇ ਮੋਲ ਚੱਲ ਰਹੇ ਨੇ, ਪਾਰਕਿੰਗ ਲੱਭਾਂਗੇ। ਸੋ ਅਸੀਂ ਮੋਲ 'ਚ ਪਹੁੰਚ ਚੁੱਕੇ ਹਾਂ, ਤੁਹਾਨੂੰ ਅਸੀਂ ਅੰਦਰ ਮੋਲ ਦਾ ਵਿਊ ਦਿਖਾਉਂਦੇ ਹਾਂ। ਓਕੇ ਮੋਲ 'ਚ ਐਂਟਰ ਹੋਏ ਹਾਂ, ਸਾਡੇ ਮਾਮਾ ਜੀ ਹੈ, ਭਾਜੀ ਹੈ, ਛੋਟਾ ਬ੍ਰਦਰ ਸ਼ੋਪਿੰਗ ਕਰਨ ਲੱਗੇ ਨੇ ਜੀ। ਪਜਾਮੇ ਤਾਂ ਦੇਖ ਰਹੇ, ਜੈਕਟਾਂ ਲੱਗੀਆਂ, ਕੋਲਡ ਸੈਕਸ਼ਨ ਲੱਗਿਆ, ਮਤਲਬ ਕਿ ਵਿੰਟਰ ਸੈਕਸ਼ਨ ਦੇ ਕੱਪੜੇ ਲੱਗ ਚੁੱਕੇ ਨੇ ਸਾਰੇ ਜਿਹੜੇ ਵਿਕਣੇ ਨੇ। ਜਾਂ ਸਪੋਰਟਸ ਮਤਲਬ ਕਿ ਇੱਥੇ ਸਾਡੇ ਕ੍ਰਿਕਟ ਵਗੈਰਾ ਖੇਡਦੇ ਸਾਡੇ ਪਲੇਅਰਸ, ਉੱਥੇ ਸ਼ੋਪਿੰਗ ਕਰਦੇ ਨੇ, ਸਪੋਰਟਸ ਵਗੈਰਾ ਸਭ ਸਮਾਨ ਮਿਲਦਾ। ਭਾਜੀ ਉਹ ਵੀ ਦੇਖਣ ਆਏ ਨੇ ਇਸ ਟਾਈਮ, ਸਪੋਰਟਸ ਸ਼ੂਜ਼ ਵਗੈਰਾ ਲੱਗੇ ਹੋਏ ਨੇ। ਚੱਲੇ ਹਾਂ ਉੱਥੇ, ਇਹਨਾਂ ਨੂੰ ਪੀਜ਼ਾ ਖਾਣਾ। ਕੀ ਖਾਣਾ ਰਵੀ? ਪੀਜ਼ਾ ਖਾਣਾ ਮੇਰਾ ਸੀ, ਤੂੰ ਵੀ ਖੁਸ਼ ਹੋ ਗਏ ਪੀਜ਼ੇ ਦੇ ਨਾਂ ਦੇ ਹੈ। ਬੇਬੀ ਸੈਕਸ਼ਨ 'ਤੇ ਪਹੁੰਚ ਚੁੱਕੇ ਹਾਂ, ਇਹ ਸਾਰਾ ਬੇਬੀ ਸੈਕਸ਼ਨ ਹੈ। ਲੇਡੀਜ਼ ਬੇਬੀ ਸੈਕਸ਼ਨ ਵਗੈਰਾ, ਮੈਂ ਟੋਏ ਵਗੈਰਾ ਜਾਂ ਸ਼ੂਜ਼ ਵਗੈਰਾ ਬੈਗ ਵਗੈਰਾ ਤੋਂ ਡੈਗ ਜਾਂਦੇ ਨੇ। ਫਸਟ ਫਲੋਰ ਟੋਏ ਸੈਕਸ਼ਨ ਬੱਚਿਆਂ ਲਈ, ਉਹ ਅੱਗੇ ਸਾਹਮਣੇ ਫੂਡ ਸੈਕਸ਼ਨ, ਮੈਗਡੀ ਵਗੈਰਾ, ਹਾਰਲੀ ਵੈਡੀ, ਉਹ ਸਾਰਾ ਫੂਡ ਸੈਕਸ਼ਨ ਹੈ ਆਪਣਾ। ਮਤਲਬ ਕੀ ਹੈ ਫਸਟ ਫਲੋਰ ਤਾਂ ਸੇਵਾ ਤੇ ਉੱਪਰ ਕੁਝ ਵੀ ਨਹੀਂ, ਮਤਲਬ ਕਿ ਦੋ ਮੰਜ਼ਿਲਾਂ ਹੀ ਨੇ। ਡੋਰ ਦੇਖੋ ਮੋੜ ਕੇ ਬਣਾਇਆ ਜੀ, ਆ ਫੂਡ ਸੈਕਸ਼ਨ ਆ ਗਿਆ ਜੀ। ਜੋ ਦੇ ਲਓ ਤੁਹਾਡੀ ਮਰਜ਼ੀ ਹੈ, ਤੁਸੀਂ ਆਪਾਂ ਆ ਗਈ ਹੁੰਦਾ ਹੁਣ ਫੂਡ ਸੈਕਸ਼ਨ 'ਚ ਆ ਗਏ ਹਾਂ। ਤੁਸੀਂ ਭਾਈ ਤੁਸੀਂ ਦੱਸਣਾ ਵੀ ਹਾਂ, ਤੁਸੀਂ ਆਪਣੀ ਚੋਇਸ ਦੱਸ ਦਿਓ। ਇਹ
ਇਹ ਸਾਰਾ ਫੂਡ ਸੈਸ਼ਨ ਏਰੀਆ ਹੈ। ਉਹ ਅੱਗੇ ਬਰਗਰ ਵੀ ਜਿਹੜੇ ਹੈਗੇ ਆ ਉਹ ਵੇਖੋ हर टाइप का फूड इतने मिलता पाया इस टाइम इंडियन फूड जापानीज फूड सारे फूड इतने मिलते पे हैं। हाँ जापानीज फूड है लेकिन सर राकू आ जाता जापानीज फूड का वेज ही कोई देख लो उधर पता करने बर्गर शहर से कोल्ड ड्रिंक पीते पीते अभी करते हैं मामे थैंक्स जिन्हें सानू मोल घुमाया ट्रीट बहुत वधिया दित्ती सानू ट्रीट बहुत वधिया दित्ती सो आपां असी प्ले ग्राउंड तो होंगे हुए स्मोकी पार्क ग्राउंड तो गए ग्राउंड तो होंगे हुए फिर लिबर्टी एवन्यू फिर आप बाबा मत्थे शाह गुरुद्वारा साहब देखिया उस तो बाद ही मॉल चैंटर हुए मॉल तो बाद मामा मामा जी सोने ट्रीट दी सो आप थैंक्स करते हैं। सो अभी चलते हैं फिर मिलते हैं कार में ओके बाय सत श्री अकाल। चलो फिर इतने वीडियो का एंड करते हैं कल भी आप दूजी जगह लग जाएंगे गुरुद्वारा साहब एक सौ अठारह वाले गुरुद्वारा साहब लग जाएंगे। सो असी मिलते हाँ फिर कल सवेरे संडे ओके बाय बाय। साढ़े मामा जी टोनी मामा जी स्पैशल थैंक साडा छोटा ब्रदर हरजिंदर सिंह अद्धा ही हासा मजाक करते करते घूम घूम आए हैं सारे पास। सो मिलते हैं अगले ब्लॉग से फॉलो करते रहो कमेंट करते रहो ओके सत श्री अकाल शेयर भी करते रहो जी।